ਕੈਨੇਡਾ ਦੀ ਧਰਤੀ ਨੇ ਇੱਕ ਵਾਰ ਫਿਰ ਪੰਜਾਬ ਦਾ ਇੱਕ ਘਰ ਉਜਾੜ ਕੇ ਰੱਖ ਦਿੱਤਾ ਹੈ। ਕਰੀਬ ਇੱਕ ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਲਈ ਗਏ ਬਠਿੰਡਾ ਦੇ ਥੰਮਨਗੜ੍ਹ ਦੇ 20 ਸਾਲਾ ਗੁਰਜੋਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਜੋਤ ਨੂੰ ਇਸ ਵਹਿਸ਼ੀਅਤ ਦਾ ਸ਼ਿਕਾਰ ਕਿਉਂ ਹੋਣਾ ਪਿਆ ਫਿਲਹਾਲ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪਰਿਵਾਰ ਨੂੰ ਜਦੋਂ ਗੁਰਜੋਤ ਸਿੰਘ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ। ਸਾਡੇ ਕੋਲ ਤਾਂ ਫੋਨ ਆਇਆ ਸੀਗਾ ਜੀ ਉੱਥੋਂ ਬਾਹਰੋਂ ਹੀ। ਹਾਂਜੀ, ਉਹਨੇ ਦੱਸਿਆ ਸੀ ਕਿ ਇਸ ਤਰ੍ਹਾਂ ਤੁਹਾਡੇ ਬੱਚੇ ਦੇ ਪਿੱਛੋਂ ਤੋਂ ਗੋਲੀਆਂ ਲੱਗ ਗਈਆਂ ਅਤੇ ਉਹਦਾ ਮਰਡਰ ਹੋ ਗਿਆ, ਬਸ ਇੰਨਾ ਹੀ ਦੱਸਿਆ ਸਾਨੂੰ। ਤੁਸੀਂ ਬਾਅਦ 'ਚ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ, ਬਾਅਦ 'ਚ ਕਿਸੇ ਨਾਲ ਨਹੀਂ ਹੋਇਆ ਜੀ। ਮੇਰੇ ਮਾਮਾ ਜੀ ਲੜਕੇ ਸੀਗੇ ਜੀ। ਕੀ ਮਾਮਲਾ ਹੈ ਪੂਰਾ? ਮਾਮਲਾ ਸਾਨੂੰ ਵੀ ਕੁਛ ਨਹੀਂ ਪਤਾ ਜੀ, ਹੁਣ ਬਸ ਉੱਥੋਂ ਫੋਨ ਆਇਆ ਸੀ। ਅੱਗੇ ਇੱਕ ਦਿਨ ਪਹਿਲਾਂ ਹੀ ਗੱਲ ਹੋ ਕੇ ਡੀ ਮੇਰੀ, ਉਹ ਵਧੀਆ ਗੱਲ ਕੀਤੀ ਮੇਰੇ ਨਾਲ। ਉਦੋਂ ਕਹਿੰਦਾ ਮੈਂ ਸੌਣ ਚੱਲਿਆ, ਹੁਣ ਕਹਿੰਦਾ ਸਵੇਰੇ ਉੱਠ ਕੇ ਕਰਦਾ ਗੱਲ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।